ਦੋਸਤੋ ਅਪਡੇਟ ਲੈ ਕੇ ਹਾਜ਼ਰ ਹੋ ਗਏ ਹਾਂ ਸਿੱਧੂ ਮੂਸੇਵਾਲ ਤੋਂ ਰਿਲੇਟਡ। ਸੋ ਵੀਡੀਓ ਨੂੰ ਸਾਰੇ ਐਂਡ ਤੱਕ ਦੇਖਿਓ, ਵੀਡੀਓ ਲੰਬੀ ਹੋਣ ਵਾਲੀ ਆ। ਅਤੇ ਗੱਲ ਕਰਦੇ ਹਾਂ 2 ਦਿਨਾਂ ਬਾਅਦ ਕੀ ਰਿਪੋਰਟ ਆ ਗਾਣੇ ਦੀ। ਨੰਬਰ 2 'ਤੇ ਟ੍ਰੈਂਡਿੰਗ ਚੱਲ ਰਿਹਾ ਆਪਣੇ ਏਰੀਆ ਦੇ ਵਿੱਚ ਅਤੇ 16 ਮਿਲੀਅਨ ਇਸ 'ਤੇ ਵਿਊਜ਼ ਹੋ ਚੁੱਕੇ ਨੇ, 1.3 ਮਿਲੀਅਨ ਇਸ 'ਤੇ ਲਾਈਕ ਹੋ ਚੁੱਕੇ ਨੇ ਅਤੇ 2,63,000 ਇਸ 'ਤੇ ਕਮੈਂਟ ਹੋ ਚੁੱਕੇ ਨੇ। ਹਾਲ ਹੀ ਦੇ ਵਿੱਚ ਏ ਪੀ ਢਿੱਲੋਂ ਦੀ ਐਲਬਮ ਵੀ ਰਿਲੀਜ਼ ਹੋਈ ਹੈ ਦੋਸਤੋ, ਜਿਸ ਦੇ ਵਿੱਚ ਕਿ 7-8 ਗਾਣੇ ਨੇ ਅਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਵਿਊਜ਼ 'ਤੇ ਕਿੰਨਾ ਅਸਰ ਪਿਆ ਹੈ। 1, 2, 3, 4, 5, 6, 7, 8 ਗਾਣੇ ਨੇ ਇਸ ਦੇ ਵਿੱਚ ਐਲਬਮ 'ਚ, ਤਾਂ ਸਾਰਿਆਂ ਦੇ ਵਿਊਜ਼ ਦੀ ਜੇਕਰ ਆਪਾਂ ਗੱਲ ਕਰੀਏ ਟੋਟਲ ਕੁੱਲ ਮਿਲਾ ਕੇ 1 ਮਿਲੀਅਨ ਬਣਦੇ ਨੇ। ਉੱਧਰ ਸਿੱਧੂ ਮੂਸੇਵਾਲਾ ਦੇ ਇਕੱਲੇ ਗਾਣੇ ਦੇ ਹੀ 16 ਮਿਲੀਅਨ ਨੇ। ਕੋਈ ਹੇਟ ਨਹੀਂ ਆ ਏ ਪੀ ਢਿੱਲੋਂ ਦੇ ਲਈ, ਬਸ ਇਹ ਇਨਫੋਰਮੇਸ਼ਨ ਦੇ ਲਈ ਆਪਾਂ ਦੱਸ ਰਹੇ ਹਾਂ ਤੁਹਾਨੂੰ, ਕਿਉਂਕਿ ਏ ਪੀ ਢਿੱਲੋਂ ਖੁਦ ਸਿੱਧੂ ਮੂਸੇਵਾਲੇ ਨੂੰ ਸਪੋਰਟ ਕਰਦਾ ਹੈ, ਤੁਹਾਨੂੰ ਤਾਂ ਪਤਾ ਹੈ। ਗਾਣਾ ਵੀ ਸ਼ੇਅਰ ਕੀਤਾ ਸੀ ਏ ਪੀ ਢਿੱਲੋਂ ਨੇ ਆਪਣੀ ਇੰਸਟਾਗ੍ਰਾਮ ਦੀ ਸਟੋਰੀ ਦੇ ਵਿੱਚ, ਅਤੇ ਇਹ ਸਟ੍ਰੀਮਸ ਦਾ ਸਕਰੀਨਸ਼ੋਟ ਆ ਦੋਸਤੋ ਜਿੰਨੀਆਂ ਹੋਈਆਂ ਨੇ ਫਸਟ ਦੇ ਰਿਲੀਜ਼ ਦੇ। 10 ਵਜੇ ਗਾਣਾ ਰਿਲੀਜ਼ ਹੋਇਆ ਸੀ, 10 ਤੋਂ ਲੈ ਕੇ ਉਸ ਤੋਂ ਬਾਅਦ ਦੀਆਂ ਸਟ੍ਰੀਮਸ ਨੇ, 30 ਤਰੀਕ ਨੂੰ ਗਾਣਾ ਰਿਲੀਜ਼ ਹੋਇਆ ਸੀ, 632K ਇਸ 'ਤੇ ਸਟ੍ਰੀਮਸ ਹੋਈਆਂ ਨੇ। ਸੋ ਖਿੱਚ ਕੇ ਜ਼ਿਆਦਾ ਤੋਂ ਜ਼ਿਆਦਾ ਸਟ੍ਰੀਮ ਕਰੋ। ਅਤੇ ਇਹ ਸਨੀ ਮਾਲਟਨ ਦਾ ਲਾਈਵ ਕੰਸਰਟ ਸੀ, ਅਤੇ ਉੱਥੇ ਸਿੱਧੂ ਮੂਸੇਵਾਲਾ ਦਾ ਜਿਹੜਾ ਰੁਮਾਲ ਹੁੰਦਾ ਆ ਪ੍ਰਿੰਟਡ, ਉਹ ਲਹਿਰਾਇਆ ਗਿਆ ਸਿੱਧੂ ਦੇ ਫੈਨਸ ਦੇ ਵੱਲੋਂ, ਤੁਸੀਂ ਦੇਖ ਸਕਦੇ ਹੋ। ਅਤੇ ਸਨੀ ਮਾਲਟਨ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਆ। ਉਹ ਬਹੁਤ ਪਾਪੂਲਰ ਹੋ ਗਈ ਹੈ ਔਰ ਦੈਟ ਇਜ਼ ਸਮਥਿੰਗ ਦੈਟ ਇਜ਼ ਰੀਲੀ ਸਮਥਿੰਗ ਲਾਈਕ ਤੌਬਾ ਤੌਬਾ ਫੋਰ ਐਗਜ਼ਾਮਪਲ, ਉਸਨੇ ਕੰਪਲੀਟਲੀ ਐਕਸੈਪਟ ਹੋ, ਤੌਬਾ ਤੌਬਾ ਇਜ਼ ਕੰਪਲੀਟਲੀ ਪਿੰਡ ਇੱਕਦਮ ਬਿਲਕੁਲ ਹਾਰਡਕੋਰ ਪੰਜਾਬੀ। ਆਪ ਕੈਸੇ ਦੇਖਤੇ ਹੈਂ ਇਸਕੋ? ਮੇਰੇ ਕੋ ਬਹੁਤ ਅੱਛਾ, ਬਹੁਤ ਖੁਸ਼ੀ ਹੋਤੀ ਹੈ ਔਰ ਇਸਕੇ ਲੀਏ ਆਪ ਮਾਨੇ ਯਾ ਨਾ ਮਾਨੇ, ਕੋਈ ਔਰ ਮਾਨੇ ਨਾ ਮਾਨੇ, ਕੋਈ ਔਰ ਨਾਮ ਲੇ ਨਾ ਲੇ, ਇਸਕੇ ਲੀਏ ਮੈਂ ਕ੍ਰੈਡਿਟ ਦੇਣਾ ਚਾਹੂੰਗਾ ਹਮਾਰੇ ਭਾਈ ਕੋ ਹੂਜ਼ ਇਨ ਪੈਰਾਡਾਈਜ਼ ਰਾਈਟ ਨਾਓ, ਸਿੱਧੂ ਮੂਸੇਵਾਲਾ। ਤਾਂ ਦੋਸਤੋ ਤੁਸੀਂ ਸੁਣ ਲਿਆ, ਹਨੀ ਸਿੰਘ ਨੇ ਵੀ ਖੁਦ ਕਹਿਤਾ, ਰਿਪੋਰਟਰ ਨੇ ਕਿਹਾ ਜਦੋਂ ਵੀ ਇੰਟਰਵਿਊ ਹੋ ਰਿਹਾ ਸੀ ਵੀ ਉਹ ਗਾਣਾ ਇਸ ਤਰ੍ਹਾਂ ਇਸ ਤਰ੍ਹਾਂ, ਤਾਂ ਫਿਰ ਹਨੀ ਸਿੰਘ ਨੇ ਕਿਹਾ ਸਿੱਧੂ ਮੂਸੇਵਾਲਾ। ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਸਿੱਧੂ ਮੂਸੇਵਾਲਾ ਇੰਡਸਟਰੀ ਤੋਂ ਕਾਫੀ ਉੱਤੇ ਆ। ਕੰਪੇਅਰ ਨਾ ਕਰਿਆ ਕਰੋ, ਰੀਲਾਂ ਦੇਖਦੇ ਨੇ ਕਿਸ ਦੇ ਨਾਲ ਕੰਪੇਅਰ ਕਰਤਾ, ਕਦੇ ਕਿਸੇ ਨਾਲ ਕਰਤਾ, ਸੋ ਕੰਪੈਰੀਜ਼ਨ ਨਹੀਂ ਸਿੱਧੂ ਮੂਸੇਵਾਲੇ ਦਾ। ਅਤੇ ਇਹ ਜਿਹੜੀ ਕਿ ਅਟੈਚ ਦੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸਟੀਲ ਬੈਂਗਲਸ ਨੇ, ਜੋ ਕਿ ਟੋਰੋਂਟੋ ਏਟਨ ਸੈਂਟਰ ਦੀਆਂ ਨੇ, ਜਿੱਥੇ ਕਿ ਬਿੱਲਬੋਰਡ ਲੱਗਿਆ ਸਿੱਧੂ ਮੂਸੇਵਾਲੇ ਦਾ ਅਤੇ ਸਟੀਲ ਬੈਂਗਲਸ ਦਾ, ਤੁਸੀਂ ਦੇਖ ਸਕਦੇ ਹੋ। ਇਹ ਤਸਵੀਰਾਂ ਨੇ ਸਿਟੀ ਟੀ ਵੀ ਦੀਆਂ, ਸਟੀਲ ਬੈਂਗਲਸ ਨੇ ਸ਼ੇਅਰ ਕੀਤੀਆਂ ਨੇ, ਕੁਝ ਆਪਣੀਆਂ ਤਸਵੀਰਾਂ ਵੀ ਨੇ ਸਿੱਧੀ ਸਟੀਲ ਬੈਂਗਲਸ ਦੀਆਂ ਫਰੈਡੋ ਦੇ ਨਾਲ ਗਾਣੇ ਤੋਂ ਰਿਲੇਟਿਡ ਕੁਝ ਤਸਵੀਰਾਂ ਨੇ। ਇਹ ਸ਼ੂਟ ਦੀਆਂ ਤਸਵੀਰਾਂ ਨੇ ਜਦੋਂ ਸ਼ੂਟ ਹੋ ਰਿਹਾ ਸੀ ਸਟੀਲ ਬੈਂਗਲਸ ਦਾ। ਆਈ ਡੋਂਟ ਕੇਅਰ ਹਾਓ ਮੈਨੀ ਪੀਪਲ ਅਪੀਅਰ ਟੂ ਡੂ ਵਟ ਆਈ ਡੂ, ਦੇ ਡੋਂਟ ਡੂ ਇਟ ਲਾਈਕ ਮੀ, ਦੇ ਡੋਂਟ ਡੂ ਇਟ ਵਿਦ ਮਾਈ ਬ੍ਰੇਨ, ਮਾਈ ਐਥਿਕਸ, ਮਾਈ ਵੈਲਿਊਜ਼ ਔਰ ਮਾਈ ਹਾਰਟ। ਦਾ ਜੁੜਵਾਸ ਦੀ ਇੱਕ ਵੀਡੀਓ ਦੇਖ ਰਹੇ ਸੀ ਆਪਾਂ, ਤਾਂ ਉਹਨਾਂ ਨੇ ਕਿਹਾ, ਪਹਿਲਾਂ ਇਹ ਸੁਣੋ। ਬੜੇ ਸ਼ੋਅ ਕਰਦੇ, ਉਹ ਐਸਾ ਨਹੀਂ ਕਿ ਡਿਜ਼ਰਵ ਨਹੀਂ ਕਰਦੇ, ਉਹ ਕਰਦੇ ਹਰ ਇੱਕ ਆਰਟਿਸਟ ਬੜਾ ਮੁਕਾਮ ਡਿਜ਼ਰਵ। ਤਾਂ ਇਹਨਾਂ ਨੇ ਕਿਹਾ ਵੀ ਜਿਹੜੇ ਵੀ ਆਰਟਿਸਟ ਸ਼ੋਅ ਕਰ ਰਹੇ ਨੇ ਬੜੇ ਬੜੇ, ਤਾਂ ਉਹਨਾਂ ਨੂੰ ਸਿੱਧੂ ਮੂਸੇਵਾਲਾ ਦਾ ਥੈਂਕ ਯੂ ਕਰਨਾ ਚਾਹੀਦਾ ਹੈ। ਕਿਉਂ? ਕਿਉਂਕਿ ਜੇ ਸਿੱਧੂ ਹੁੰਦਾ ਤਾਂ ਫਿਰ ਇਕੱਲਾ ਸਿੱਧੂ ਹੀ ਹੁੰਦਾ, ਇਹਨਾਂ ਨੇ ਗੱਲ ਆਖੀ ਆ। ਅਤੇ ਜਿਹੜੇ ਹੁਣ ਲਾਈਵ ਕੰਸਰਟ ਚੱਲ ਰਹੇ ਨੇ ਹੋਰ ਸਿੰਗਰਾਂ ਦੇ, ਤਾਂ ਉਹ ਸਿੱਧੂ ਕਰਕੇ ਆ, ਸਿੱਧੂ ਮੁਕਾਮ ਤੱਕ ਪਹੁੰਚਾ ਕੇ ਗਿਆ ਪੰਜਾਬੀ ਮਿਊਜ਼ਿਕ ਨੂੰ, ਜਿਹਨੂੰ ਉਹ ਹੁਣ ਇੰਜੋਏ ਕਰ ਰਹੇ ਨੇ। ਜੇ ਸਿੱਧੂ ਹੁੰਦਾ ਤਾਂ ਉਹਨਾਂ ਦੇ ਸ਼ੋਅ ਨਹੀਂ ਚੱਲਣੇ ਸੀ, ਤੁਹਾਨੂੰ ਵੀ ਪਤਾ ਹੀ ਆ। ਸਿੱਧੂ ਦਾ ਗਾਣਾ ਆਇਆ, ਸਾਰੇ ਗਾਣੇ ਪਿੱਟ ਗਏ,
ਉਹਨਾਂ ਨੇ ਕਿਹਾ ਜੇ ਸਿੱਧੂ ਨਾ ਹੋ ਕੇ ਵੀ ਇੰਨਾ ਜ਼ਿਆਦਾ ਫੇਮਸ ਆ ਤਾਂ ਫਿਰ ਹੋ ਕੇ ਕੀ ਕੁਝ ਕਰ ਦਿੰਦਾ। ਤਾਂ ਉਹਨਾਂ ਨੂੰ ਥੈਂਕ ਯੂ ਕਰਨਾ ਚਾਹੀਦਾ ਹੈ ਸਿੱਧੂ ਮੂਸੇਵਾਲੇ ਦਾ। ਤਾਂ ਇਹ ਗੱਲ ਉਹਨਾਂ ਨੇ ਆਖੀ ਆ ਜੁੜਵਾਜ਼ ਨੇ, ਜਾ ਕੇ ਤੁਸੀਂ ਵੀਡੀਓ ਵੀ ਚੈੱਕ ਕਰ ਲਿਓ। ਅਤੇ ਗਲੋਬਲ ਡਿਜੀਟਲ ਆਰਟਿਸਟ ਦੇ ਵਿੱਚ ਸਿੱਧੂ ਮੂਸੇਵਾਲਾ ਫਿਰ ਤੋਂ ਰੈਂਕ ਹੋਇਆ ਦੋਸਤੋ 267ਵੇਂ ਨੰਬਰ 'ਤੇ। ਵੈਸੇ ਦੱਸਣ ਦੀ ਲੋੜ ਨਹੀਂ ਦੋਸਤੋ, ਸਿੱਧੂ ਮੂਸੇਵਾਲਾ ਹਾਈਐਸਟ ਰੈਂਕਡ ਆ ਗਲੋਬਲ ਡਿਜੀਟਲ ਆਰਟਿਸਟ ਦੇ ਵਿੱਚ 21ਵੇਂ ਨੰਬਰ 'ਤੇ। ਸੋ ਇਹ ਮੈਟਰ ਨਹੀਂ ਕਰਦਾ, ਪਰ ਆਪਾਂ ਫਿਰ ਵੀ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਕਈਆਂ ਦੇ ਸਿੰਗਰਾਂ ਦੇ ਫੈਨਾਂ ਨੂੰ ਵਹਿਮ ਆ ਵੀ ਸਾਡੇ ਵਾਲਾ ਸਿੰਗਰ ਸਭ ਤੋਂ ਪਹਿਲਾਂ ਗਲੋਬਲ ਡਿਜੀਟਲ ਆਰਟਿਸਟ ਰੈਂਕਿੰਗ ਦੇ ਵਿੱਚ ਗਿਆ ਸੀ। ਤਾਂ ਉਹਨਾਂ ਨੇ ਸਟੋਰੀਆਂ ਵੀ ਪਵਾਈਆਂ ਸੀ, ਪੇਡ ਪ੍ਰਮੋਸ਼ਨਾਂ ਵੀ ਕਰਵਾਈਆਂ ਸੀ ਪੰਜਾਬੀ ਪੇਜਿਸ ਤੋਂ, ਅਤੇ ਪੇਜਾਂ ਵਾਲੇ ਕਮੈਂਟ ਵੀ ਬਲੋਕ ਕਰ ਜਾਂਦੇ ਨੇ, ਬਲੋਕ ਵੀ ਕਰ ਜਾਂਦੇ ਨੇ। ਸੋ ਫੇਕ ਪ੍ਰਮੋਸ਼ਨ ਜਿੰਨੀ ਮਰਜ਼ੀ ਕਰਾ ਲਓ, ਰਹਿਣਾ ਤਾਂ ਸਿੱਧੂ ਮੂਸੇਵਾਲਾ ਹੀ ਆ, ਗੂਗਲ 'ਤੇ ਚੈੱਕ ਕਰ ਲਿਓ। ਅਤੇ 1,00,000 ਸਬਸਕ੍ਰਾਈਬਰ ਸਿੱਧੂ ਮੂਸੇਵਾਲਾ ਦੇ ਹੋਰ ਵੱਧ ਗਏ ਨੇ, ਬਹੁਤ ਬਹੁਤ ਮੁਬਾਰਕਾਂ ਦੋਸਤੋ। ਇੱਦਾਂ ਹੀ ਸੁਣਦੇ ਰਹੋ, ਸਬਸਕ੍ਰਾਈਬਰ ਬਣਾਉਂਦੇ ਰਹੋ ਸਿੱਧੂ ਮੂਸੇਵਾਲੇ ਦੇ। ਅਤੇ ਦੋਸਤੋ ਯੂਟਿਊਬ ਨੇ ਖੁਦ ਸਿੱਧੂ ਮੂਸੇਵਾਲਾ ਦਾ ਗਾਣਾ ਸ਼ੇਅਰ ਕੀਤਾ ਆਪਣੀ ਸਟੋਰੀ ਦੇ ਵਿੱਚ ਇੰਸਟਾਗ੍ਰਾਮ 'ਤੇ, ਜੋ ਤੁਸੀਂ ਦੇਖ ਸਕਦੇ ਹੋ। ਇਹ ਯੂਟਿਊਬ ਇੰਡੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੋਇਆ ਆ ਇਹ ਰੁਤਬਾ ਆ ਮੂਸੇਵਾਲੇ ਜੱਟ ਦਾ। ਬਾਕੀ ਦੋਸਤੋ ਰੀਲਸ ਨੇ ਜੋ ਕਿ 1,00,000 ਦੇ ਕਰੀਬ ਪਹੁੰਚਣ ਵਾਲੀਆਂ ਨੇ, ਓਫੀਸ਼ੀਅਲ ਤਾਂ 30,000-40,000 ਹੋਈਆਂ ਨੇ। ਬਾਕੀ ਤੁਸੀਂ ਦੇਖ ਸਕਦੇ ਹੋ ਦੋਸਤੋ ਅਗਸਤ ਦੇ ਟੌਪ ਆਰਟਿਸਟਾਂ ਦੇ ਵਿਊਜ਼ ਕਿੰਨੇ ਨੇ। ਸਿੱਧੂ ਮੂਸੇਵਾਲਾ ਦੇ 253 ਮਿਲੀਅਨ ਨੇ ਅਤੇ ਕਰਨ ਔਜਲਾ ਦੇ 204 ਮਿਲੀਅਨ ਨੇ। ਹਾਲੇ ਵੀ ਸਿੱਧੂ ਦਾ ਕੋਈ ਗਾਣਾ ਵੀ ਨਹੀਂ ਰਿਲੀਜ਼ ਹੋਇਆ ਸੀ, ਹਾਲੇ ਅਟੈਚ ਗਾਣੇ ਦੇ ਵਿਊਜ਼ ਵੀ ਐਡ ਹੋਣੇ ਬਾਕੀ ਨੇ। ਅਤੇ ਸਿੱਧੂ ਮੂਸੇਵਾਲਾ ਡੇਲੀ 40,000 ਫੋਲੋਅਰਸ ਵੱਧ ਰਹੇ ਨੇ ਸਪੋਟੀਫਾਈ 'ਤੇ। ਅਤੇ ਫਰੈਡ ਨੇ ਵੀ ਦੋਸਤੋ ਸ਼ੇਅਰ ਕੀਤੀ ਆ ਸਿੱਧੂ ਮੂਸੇਵਾਲਾ ਦੀ ਫੋਟੋ ਗਾਣਾ। ਦੋਸਤੋ ਜਿੰਨੇ ਜ਼ਿਆਦਾ ਸਿੱਧੂ ਦੇ ਵਿਊਜ਼ ਆ ਰਹੇ ਨੇ ਉਨੇ ਜ਼ਿਆਦਾ ਸਿੱਧੂ ਦੇ ਜਿਹੜੇ ਕਿ ਫੋਲੋਅਰਸ ਨੇ ਡੇਲੀ ਵੱਧਦੇ ਨੇ, ਸਟ੍ਰੀਮਸ ਨਹੀਂ ਹੁੰਦੀਆਂ, ਸਿੱਧੂ ਦੇ ਗਾਣੇ ਬਲੋਕ ਹੋ ਜਾਂਦੇ ਨੇ ਸਪੋਟੀਫਾਈ 'ਤੇ, ਗਾਣੇ ਰਿਮੂਵ ਹੋ ਜਾਂਦੇ ਨੇ ਆਟੋਮੈਟਿਕਲੀ ਜਿਨ੍ਹਾਂ 'ਤੇ ਹਾਈਐਸਟ ਸਟ੍ਰੀਮਸ ਹੁੰਦੀਆਂ ਨੇ। ਇਹ ਕੀ ਚੱਕਰ ਆ? ਹਿਸਾਬ ਲਾ ਲਓ ਤੇ ਆਪਣੇ ਸਪੀਕਰ ਤੇ ਉੱਧਰ ਐਮੀਏ ਬੰਟਾਈ ਦੀ ਬੀਫ ਚੱਲ ਰਹੀ ਆ ਕਿੰਗ ਦੇ ਨਾਲ। ਕਿੰਗ ਨੇ ਗਾਣੇ ਦੇ ਵਿੱਚ ਸਿੱਧੂ ਦਾ ਨਾਮ ਲਿਆ, ਬਈ ਸਿੱਧੂ ਤੋਂ ਬਾਅਦ ਮੈਂ ਜ਼ਿਆਦਾ ਹਿੱਟ ਹਾਂ। ਅਤੇ ਫਿਰ ਐਮੀਏ ਬੰਟਾਈ ਨੇ ਰਿਪਲਾਈ ਦਿੱਤਾ ਕਿ ਸਿੱਧੂ ਨਹੀਂ ਸਿੱਧੂ ਭਾਜੀ ਬੋਲ। ਤਾਂ ਦੋਸਤੋ ਬੀਫ ਚਾਹੇ ਜਿਸ ਮਰਜ਼ੀ ਜੀ ਹੋਵੇ, ਦੋਨੋਂ ਫੈਨ ਮੂਸੇਵਾਲੇ ਜੱਟਦੇ ਨੇ, ਇਹ ਬਹੁਤ ਵਧੀਆ ਗੱਲ ਲੱਗੀ ਆ। ਦੋਨੇ ਪੂਰੀ ਇੱਜ਼ਤ ਦੇ ਰਹੇ ਨੇ ਆਪਣੇ ਗਾਣੇ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ। ਸੋ ਇਹ ਰੁਤਬਾ ਦੋਸਤੋ ਸਿੱਧੂ ਮੂਸੇਵਾਲੇ ਦੇ ਹਿੱਸੇ ਆਇਆ। ਦੇਖਿਆ ਤੁਸੀਂ ਕੋਈ ਇੰਡਸਟਰੀ ਦੇ ਵਿੱਚ ਸਿੰਗਰ ਜਿਸ ਪਿੱਛੇ ਟੌਪ ਦੇ ਸਿੰਗਰ ਲੜਦੇ ਹੋਣ, ਗਾਣੇ ਦੇ ਵਿੱਚ ਜ਼ਿਕਰ ਹੁੰਦਾ ਹੋਵੇ? ਨਹੀਂ ਨਾ, ਸਿੱਧੂ ਤਾਂ ਫਿਰ ਸਿੱਧੂ ਆ, ਬਾਕੀ ਜਿਨ੍ਹਾਂ ਨੇ ਹੇਟ ਕਰਨੀ ਉਹਨਾਂ ਨੇ ਤਾਂ ਕਰਨੀ ਉਹ ਹੇਟ ਆ, ਉਹਨਾਂ ਦਾ ਤਾਂ ਕੰਮ ਹੀ ਹੇਟ ਕਰਨਾ ਆ। ਆ ਜਾਣਗੇ ਹੁਣ ਥੱਲੇ ਕਮੈਂਟ 2-4 ਦੇ, ਹੋਣਗੇ ਉਹ ਲੀਰਾਂ ਹੀ,
ਤੁਹਾਨੂੰ ਪਤਾ ਹੀ ਆ ਮੂਸਾ ਫਿਰ ਮੂਸਾ ਹੀ ਆ। ਸੋ ਦੋਸਤੋ ਕਰ ਦਿਓ ਵੀਡੀਓ ਨੂੰ ਸ਼ੇਅਰ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਮਿਲਦੇ ਆ ਹੋਰ ਅਪਡੇਟ ਲੈ ਕੇ ਸਿੱਧੂ ਮੂਸੇ ਤੋਂ ਰਿਲੇਟਡ। ਤਦ ਤੱਕ ਲਈ ਧੰਨਵਾਦ।